ਹੁਣ ਭਾਰਤ ਵਿੱਚ ਟੀਵੀ ਦਾ ਪਤਾ ਲਗਾਉਣਾ ਸੁਖਾਲਾ ਹੋ ਗਿਆ ਹੈ ਡਾਕਟਰੀ ਖੋਜ ਬਾਰੇ ਕੇਂਦਰੀ ਕਾਉਂਸਲ ਨੇ ਹੱਥ ਨਾਲ ਚੱਲਣ ਵਾਲੀ ਇੱਕ ਐਕਸਰੇ ਮਸ਼ੀਨ ਤਿਆਰ ਕੀਤੀ ਹੈ ਇਸ ਨਾਲ ਮਰੀਜ਼ਾਂ ਦਾ ਟੀਬੀ ਟੈਸਟ ਘਰ ਬੈਠੇ ਹੀ ਕੀਤਾ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ICMR ਦੇ ਡਾਇਰੈਕਟਰ ਜਨਰਲ ਡਾਕਟਰ ਰਾਜੀਵ ਬਹਿਲ ਨੇ ਕਿਹਾ ਕਿ TB ਦੀ ਲਾਗ ਵਿਰੁੱਧ ਲੜਾਈ ਵਿੱਚ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਗਈ ਹੈ। ਭਾਰਤ ਵਿੱਚ ਇੱਕ ਹੱਥ ਵਿੱਚ ਫੜੀ ਜਾ ਸਕਣ ਵਾਲੀ ਐਕਸ-ਰੇ ਮਸ਼ੀਨ ਵਿਕਸਿਤ ਕੀਤੀ ਗਈ ਹੈ ਜਿਹੜੀ ਮਰੀਜ਼ਾਂ ਵਿੱਚ TB ਦੀ ਬਿਮਾਰੀ ਦਾ ਛੇਤੀ ਪਤਾ ਲਗਾਉਣ ਅਤੇ ਵੇਲੇ ਸਿਰ ਇਲਾਜ ਅਤੇ ਜਨਤਕ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ।